ਸਿਹਤ ਵਿਭਾਗ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਰਾਜ ਦੀਆਂ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ SAS ਨਗਰ ਦੇ ਫੇਜ਼ 7 ਵਿੱਚ ਸਥਿਤ ਗੁਰਦੁਆਰਾ ਭਾਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਸ਼੍ਰੀ ਬ੍ਰਹਮ ਮਹਿੰਦਰਾ ਜੀ ਇੱਥੇ ਇੱਕ ਕੈਂਸਰ ਦੇ ਬਾਰੇ ਲਗਾਏ ਗਏ ਜਾਗਰੂਕਤਾ ਕੈਂਪ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਸਿਹਤ ਵਿਭਾਗ ਵਿੱਚ ਚੱਲ ਰਹੀ ਡਾਕਟਰਾਂ ਦੀ ਘਾਟ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਮਹਿੰਦਰਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਡਾਕਟਰਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਹੁਣ ਕਾਂਗਰਸ ਸਰਕਾਰ ਵੱਲੋਂ ਡਾਕਟਰਾਂ ਅਤੇ ਹੋਰ ਸਟਾਫ ਦੀ ਭਰਤੀ ਲਈ ਕਾਰਵਾਈ ਆਰੰਭ ਕੀਤੀ ਗਈ ਹੈ। ਮੈਂ ਸਰਦਾਰ ਬਲਬੀਰ ਸਿੰਘ ਸਾਡੇ MLA ਸਾਹਿਬ ਇਹਨਾਂ ਨੂੰ ਮੈਨੂੰ ਇਨਵਾਈਟ ਕੀਤਾ ਕਿ ਇੱਥੇ ਕੈਂਪ ਇੱਕ ਲੱਗ ਰਿਹਾ ਵਰਲਡ ਕੈਂਸਰ ਕੇਅਰ ਸੋਸਾਇਟੀ ਇੱਕ ਉਹ ਪੰਜਾਬ ਦੇ ਵਿਲੇਜਸ ਸਭ ਜਗ੍ਹਾ ਉਹਨਾਂ ਨੇ ਮੋਬਾਈਲ ਵੈਨਸ ਕੈਂਸਰ ਡਿਟੈਕਸ਼ਨ ਵੈਨਸ ਪਾਈਆਂ ਹੋਈਆਂ ਔਰ ਮੈਂ ਅੱਜ ਇਸ ਕੈਂਪ 'ਤੇ ਆਇਆ ਦੇਖਣ ਔਰ ਮੈਂ ਗੱਲ ਨੂੰ ਸਮਝਿਆ ਬੜਾ ਅੱਛਾ ਕੰਮ ਹੋ ਰਿਹਾ ਇਹਦੇ ਨਾਲ ਜਿਹੜੀ ਇੱਕ ਅਰਲੀ ਸਟੇਜ ਹੈ ਜਿਹੜਾ ਪ੍ਰਾਇਮਰੀ ਲੈਵਲ 'ਤੇ ਹੈ ਕੈਂਸਰ ਦੀ ਡਿਟੈਕਸ਼ਨ ਹੁੰਦੀ ਹੈ ਸੋ ਉਹਦੇ ਤੋਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ। ਕੈਂਸਰ ਬਹੁਤ ਭਿਆਨਕ ਬਿਮਾਰੀ ਹੈ ਜਿਹੜੀ ਆਪਣੀ ਸਟੇਟ ਦੇ ਵਿੱਚ ਕਾਫੀ ਫੈਲ ਰਹੀ ਹੈ ਟੈਂਟੀਕਲਸ ਕਾਫੀ ਵੱਧ ਰਹੇ ਨੇ ਇਸ ਬਿਮਾਰੀ ਦੇ ਸੋ ਇਸ ਕਰਕੇ ਅੱਛਾ ਅੱਛਾ ਕੰਮ ਕਰ ਰਹੇ ਨੇ। ਇਹਨਾਂ ਨੂੰ ਮੈਂ ਕਿਹਾ ਵੀ ਹੈ ਵੀ ਮੈਨੂੰ ਸਾਰਾ ਦੱਸੋ ਸਿਸਟਮ ਤੁਸੀਂ ਇੰਨਾ ਅੱਛਾ ਕੰਮ ਕਰ ਰਹੇ ਹੋ ਗਵਰਨਮੈਂਟ ਵੀ ਤੁਹਾਨੂੰ ਕੋਈ ਹੈਲਪ ਕਰਨਾ ਚਾਹੇਗੀ ਤਾਂ ਸਾਨੂੰ ਪਤਾ ਹੋਣਾ ਚਾਹੀਦਾ। ਹਾਂਜੀ ਹੁਣ ਇਹਨਾਂ ਨੇ ਇੱਕ ਕੈਂਪ ਲਾਉਣਾ ਬੜਾ ਵੱਡਾ ਔਰ ਉੱਥੇ ਵੀ ਮੈਂ ਜਾ ਕੇ ਦੇਖੂੰਗਾ ਵੀ ਕਿਸ ਤਰ੍ਹਾਂ ਦਾ ਹੈ। ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ ਨਾਲ ਅਜਿਹੇ ਕੈਂਪ ਅੰਦਰੂਨੀ ਖੇਤਰਾਂ ਵਿੱਚ ਵੀ ਲਗਾਏ ਜਾਣੇ ਚਾਹੀਦੇ ਨੇ ਤਾਂ ਜੋ ਲੋੜਵੰਦਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਸਰ ਦੇ ਟੈਸਟ ਕਰਵਾਉਣ ਵਿੱਚ ਕਿਸੇ ਕਿਸਮ ਦੀ ਹਿਚਕਿਚਾਹਟ ਨਾ ਕਰਨ ਕਿਉਂਕਿ ਕੈਂਸਰ ਹੁਣ ਲਾਇਲਾਜ ਬਿਮਾਰੀ ਨਹੀਂ ਰਹੀ। ਜੇਕਰ ਇਸ ਦਾ ਇਲਾਜ ਮੁੜ ਤੋਂ ਹੀ ਕਰਵਾਇਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਅੰਮ੍ਰਿਤ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਮੈਨੂੰ ਅਪਰੋਚ ਕੀਤਾ ਗਿਆ ਸੀਗਾ ਅਤੇ ਵੀ ਹੁਕਮ ਹੋਇਆ ਸੀ ਵੀ ਆਪਾਂ ਮੰਤਰੀ ਸਾਹਿਬ ਨੂੰ ਬੁਲਾਉਣਾ ਹੈਗਾ ਅਤੇ ਉਹ ਕੁਦਰਤੀ ਬੜੇ ਬਿਜ਼ੀ ਸੀ ਅੱਜ CM ਸਾਹਿਬ ਨੇ ਮੀਟਿੰਗਾਂ ਰੱਖੀਆਂ ਹੋਈਆਂ ਇਹਨਾਂ ਨੇ 10:30 ਸਟਾਰਟ ਸੀਗੀਆਂ ਪਰ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਮੋਹਾਲੀ 'ਚ ਬੜਾ ਇੱਕ ਇੰਪੋਰਟੈਂਟ ਕੈਂਪ ਲੱਗ ਰਿਹਾ ਵੀ ਤੁਸੀਂ ਜ਼ਰੂਰ ਉੱਥੇ ਤੁਹਾਡੀ ਪ੍ਰੈਜੈਂਟ ਜ਼ਰੂਰੀ ਹੈ। ਉਹ ਪ੍ਰੈਜੈਂਸ ਕਰਨ ਵਾਸਤੇ ਇੱਥੇ ਆਏ ਸੀਗੇ ਅਤੇ ਆਹ ਸਾਰਾ ਦੇਖ ਕੇ ਗਏ ਨੇ ਔਰ ਉਹਨਾਂ ਨੇ ਬਕਾਇਦਾ ਜਿਹੜੀ ਆਪਣੀ ਹੈ ਇਹ ਸੋਸਾਇਟੀ ਜਿਹੜੇ ਗੱਲਬਾਤ ਕੀਤੀ ਉਹਨੂੰ ਬਕਾਇਦਾ ਡਿਟੇਲ ਮੰਗੀ ਆ। ਉਹ ਇਹ ਤਾਂ ਹੁਣ ਮੈਂ ਤਾਂ ਜਸਟ ਹਲੇ ਹੁਣ ਆਏ ਹੀ ਹਾਂ ਲੇਕਿਨ ਜਿਸ ਤਰੀਕੇ ਨਾਲ ਇੱਥੇ ਕਰਾਊਡ ਹੈ ਤਾਂ ਕਾਫੀ ਇਹਦਾ ਰਿਸਪੋਂਸ ਆ ਔਰ ਲੋਕ ਚਾਹੁੰਦੇ ਵੀ ਨੇ ਠੀਕ ਹੈ ਨਾ। ਕੁਛ ਲੋਕ ਇਹੋ ਜਿਹੇ ਨੇ ਜਿਹੜੇ ਸ਼ਰਮ ਦੇ ਮਾਰੇ ਨਹੀਂ ਜਾਂਦੇ ਜਾਂ ਇੰਟੀਰੀਅਰ 'ਚ ਜਾਗਰੂਕਤਾ ਨਹੀਂ ਹੈ ਇਹ ਉਹ ਇਹੋ ਜਿਹੇ ਕੈਂਪ ਉੱਥੇ ਬਹੁਤ ਵੱਡੀ ਅਵੇਅਰਨੈਸ ਪੈਦਾ ਕਰਦੇ ਨੇ। ਸਪੋਕਸਮੈਨ TV ਦੇ ਲਈ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ।